ਦੂਜੇ ਪਾਸੇ ਅਰਜਨ ਆਪਾਂ ਖੋਲਿਆ ਸੀਗਾ, ਇਹਨੂੰ ਕਦ ਤੋਂ ਖੋਲਿਆ ਸੀ ਉਹ ਵੀ ਦੱਸ ਦੇਣਾ। ਆਹ ਟਾਇਰ ਹੈ ਜਿਹੜਾ ਪ੍ਰਿੰਟ ਹੋਇਆ, ਤੁਹਾਨੂੰ ਮੈਂ ਵਿਖਾਉਂਦਾ ਵਾਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੇ ਲਓ ਜੀ ਸਵਾਗਤ ਹੈ ਜੀ ਨਵੇਂ ਵਲੌਗ ਦੇ ਵਿੱਚ। ਫਿਲਹਾਲ ਸੂਰਜ ਪੈਂਦਾ ਅੱਖਾਂ ਦੇ ਵਿੱਚ, ਇਸ ਕਰਕੇ ਇੱਦਾਂ ਸ਼ੂਟ ਕਰਨੇ ਆ। ਅਤੇ ਆਹ ਵੇਖ ਲਓ ਅਰਜਨ ਬਾਹਰ ਕੱਢਿਆ ਸੀ ਮੈਂ, ਅਤੇ ਇਸ ਸੁਹਾਗਾ ਖਿੱਚ ਕੇ ਨਾ ਜਗ੍ਹਾ ਬਣਾਉਣੀ ਹੈ, ਕੱਲ੍ਹ ਜਿਹੜੀਆਂ ਲੱਕੜਾਂ ਵੱਡੀਆਂ ਸਾਰੀਆਂ ਇੱਥੇ ਸ਼ਿਫਟ ਕਰਦੇ ਹਾਂ ਪਹਿਲਾਂ। ਅੱਜ ਦਾ ਪਹਿਲਾ ਕੰਮ ਤਾਂ ਇਹ ਆ, ਉਸ ਤੋਂ ਬਾਅਦ ਫਿਰ ਦੇਖਦੇ ਹਾਂ। ਅੱਜ ਮੈਂ ਵੀ ਜ਼ਿਆਦਾ ਕੰਮ ਨਹੀਂ ਗਾ ਆਪਾਂ ਨੂੰ ਇੱਥੇ, ਅਤੇ ਸੈਟਅਪ 'ਚ ਜ਼ਿਆਦਾ ਕੰਮ ਕਰਾਂਗੇ। ਬਾਕੀ ਚਲੋ ਦੇਖ ਲੈਂਦੇ ਹਾਂ ਕਿੰਨਾ ਕੁ ਟਾਈਮ ਲੱਗਦਾ। ਲਓ ਵੀ ਮੁੰਡੇ, ਸਿਰਫ ਇੰਨਾ ਕੰਮ ਸੀ, ਚਾਰ ਵੱਡੇ ਮੁੱਢ ਸੀਗੇ, ਇਹ ਲੈ ਆਏ ਆਪਾਂ, ਰੱਖਦੇ ਆ ਬਸ, ਹੁਣ ਚੱਲੀਏ ਘਰੇ। ਅਤੇ ਲਓ ਵੀ ਮੁੰਡਿਓ, ਥੱਲੋਂ ਵਾਲੇ ਸਾਰੇ ਕੰਮ ਨਿਬੇੜ ਕੇ ਆਪਾਂ ਆ ਗਏ ਸੀ ਆਪਣੇ ਸੈਟਅਪ 'ਚ। ਅਤੇ ਆਉਂਦਿਆਂ ਇੱਥੇ ਮੈਂ ਪ੍ਰਿੰਟਰ ਚਲਾਤਾ ਹੈ, ਅਤੇ ਪ੍ਰਿੰਟ ਕੀ ਕਰਨ ਦਿਆ ਵਾਂ ਉਹ ਤੁਹਾਨੂੰ ਮੈਂ ਦਿਖਾ ਦਿੰਦਾ, ਆ ਵੇਖੋ। ਅਤੇ ਮੈਂ ਕੰਮ ਸਟਾਰਟ ਕੀਤਾ ਸੀਗਾ ਆਪਣੇ V8 ਦੇ ਫਰੰਟ ਐਕਸਲ 'ਤੇ, ਠੀਕ ਹੈ, ਕਿਉਂਕਿ ਕਾਫੀ ਦਿਨਾਂ ਦਾ ਇਹਦੇ 'ਤੇ ਕੰਮ ਨਹੀਂ ਸੀ ਕੀਤਾ, ਮੈਂ ਕਿਹਾ ਚਲੋ ਥੋੜ੍ਹਾ ਜਿਹਾ ਕੰਮ ਇਹਦੇ 'ਤੇ ਵੀ ਸਟਾਰਟ ਕਰ ਦਿੰਦੇ ਹਾਂ। ਅਤੇ ਪਹਿਲਾਂ ਤਾਂ ਮੇਰਾ ਪਲਾਨ ਸੀਗਾ ਆ ਮੈਟਲ ਗੇਅਰ ਯੂਜ਼ ਕਰਨ ਦਾ, ਪਰ ਇਹਦੀ ਨਾ ਫਿਟਿੰਗ ਸਹੀ ਆ ਨਹੀਂ ਸੀ ਰਹੀ। ਅਤੇ ਫਿਰ ਮੈਂ ਪਲਾਨ ਕੀਤਾ ਕਿ ਇੱਕ ਵਾਰੀ ਪਲਾਸਟਿਕ ਦਾ ਗੇਅਰ ਇਹਦੇ 'ਚ ਆਪਾਂ ਫਿੱਟ ਕਰਦੇ ਹਾਂ, ਠੀਕ ਹੈ, ਡੈਮੋ ਵਾਸਤੇ ਚਲਾ ਕੇ ਦੇਖਾਂਗੇ ਜ਼ੋਰ ਵਗੈਰਾ ਕਿੰਨਾ ਕੁ ਹੈ। ਜੇ ਤਾਂ ਟੁੱਟਦਾ ਦਿਖਿਆ ਫਿਰ ਆਪਾਂ ਲੋਹੇ ਵਾਲਾ ਹੀ ਗੇਅਰ ਕੋਈ ਨਾ ਕੋਈ ਜਿੱਦਾਂ ਜਗਾੜ ਲਾ ਕੇ ਫਿੱਟ ਕਰਾਂਗੇ, ਨਹੀਂ ਤਾਂ ਫਿਰ ਪਲਾਸਟਿਕ ਵਾਲਾ ਗੇਅਰ ਹੀ ਚੱਲਣ ਦਾਂਗੇ। ਅਤੇ ਉਹਦਾ ਹੀ ਹੱਲ ਕਰਨ ਦਿਆ ਸੀਗਾ, ਆਹ ਇੱਕ ਪਲਾਸਟਿਕ ਦਾ ਗੇਅਰ ਮੇਰੇ ਕੋਲ ਪ੍ਰਿੰਟ ਹੋਇਆ ਪਿਆ ਸੀ ਪਹਿਲਾਂ ਦਾ ਹੀ, ਅਤੇ ਇਹਦੇ ਨਾਲ ਦਾ ਹੀ ਇੱਥੇ ਲੱਗਣ ਵਾਲਾ ਛੋਟਾ ਗੇਅਰ ਹੈ ਜਿਹੜਾ, ਉਹ ਮੈਂ ਡਿਜ਼ਾਇਨ ਕਰਕੇ ਅਤੇ ਪ੍ਰਿੰਟ ਕਰਨ ਲਾਇਆ, ਵੇਖੋ ਪ੍ਰਿੰਟਰ 'ਤੇ, ਠੀਕ ਹੈ। ਅਤੇ ਮੈਂ ਫਿਲਾਮੈਂਟ ਆ ਯੈਲੋ ਯੂਜ਼ ਕਰਨ ਦਿਆ ਵਾਂ, ਉਹਦਾ ਰੀਜ਼ਨ ਇਹ ਆ ਇਹ ਆਪਣੇ ਕੋਲ ਐਕਸਟਰਾ ਹੀ ਪਿਆ ਹੋਇਆ ਐਵੇਂ ਹੀ, ਠੀਕ ਹੈ, ਆਪਾਂ ਯੂਜ਼ ਤਾਂ ਕਰ ਦੇਣਗੇ। ਅਤੇ ਮੈਂ ਸੋਚਿਆ ਚਲੋ ਗੇਅਰ ਆਪਾਂ ਇਹਦੇ ਨਾਲ ਪ੍ਰਿੰਟ ਕਰ ਲੈਂਦੇ ਹਾਂ, ਕਿਉਂਕਿ ਵਾਈਟ ਫਿਲਾਮੈਂਟ ਵੀ ਥੋੜ੍ਹਾ ਹੈ ਨਵਾਂ, ਅਜੇ ਔਡਰ ਕੀਤਾ ਨੀਗਾ, ਅਤੇ ਔਡਰ ਕਰਦਾ ਮੈਂ ਫਿਰ ਵੀ ਆਉਣ 'ਚ 15-20 ਦਿਨ ਲੱਗ ਜਾਣਗੇ, ਇਸ ਕਰਕੇ ਮੈਂ ਕਿਹਾ ਚਲੋ ਯੈਲੋ ਫਿਲਾਮੈਂਟ ਆਪਣੇ ਕੋਲ ਇੱਦਾਂ ਹੀ ਪਿਆ ਐਕਸਟਰਾ 'ਚ, ਅਤੇ ਇਹਦੇ ਨਾਲ ਕਰਦੇ ਹਾਂ ਪ੍ਰਿੰਟ, ਠੀਕ ਹੈ। ਤਾਂ ਮੈਂ ਹੁਣ ਗੇਅਰ ਪ੍ਰਿੰਟ ਕਰਨਾ ਲਾਇਆ ਹੋਇਆ, ਅਤੇ ਆ ਗੇਅਰ ਪ੍ਰਿੰਟ ਹੁੰਦਾ, ਉਸ ਤੋਂ ਬਾਅਦ ਆਪਾਂ ਸਵਰਾਜ ਦੇ ਫਰੰਟ ਵਾਲੇ ਟਾਇਰ ਵੀ ਪ੍ਰਿੰਟ ਕਰਦੇ ਹਾਂ। ਆ ਜਿਹੜੇ ਤਿੰਨ ਗੁੱਡੀ ਵਾਲੇ ਟਾਇਰ ਨੇ ਨਾ, ਤਿੰਨ ਲੈਣਾ ਵਾਲੇ ਰੇਡੀਅਲ ਟਾਇਰ, ਇਹ ਪ੍ਰਿੰਟ ਕਰਦੇ ਹਾਂ ਇੱਕ ਵਾਰੀ, ਅੱਗੇ ਫਿਰ ਦੇਖਾਂਗੇ। ਵੈਸੇ ਤਾਂ ਕੱਲ੍ਹ ਵਾਲੇ ਵਲੋਗ 'ਚ ਮੈਂ ਪੁੱਛਿਆ ਸੀ ਕਿਹੜੇ ਟਾਇਰ ਪਾਈਏ, ਪਰ ਹਜੇ ਵਲੋਗ ਪਬਲਿਕ ਹੋਇਆ ਹੀ ਨਹੀਂ, ਇਸ ਕਰਕੇ ਮੈਨੂੰ ਪਤਾ ਨਹੀਂ ਐਗਜੈਕਟ ਕਿ ਕਮੈਂਟ ਕੀ ਹੋਣਗੇ। ਅਤੇ ਮੈਂ ਸੋਚਿਆ ਚਲੋ ਇੱਕ ਵਾਰੀ ਨਾ ਆਪਾਂ ਆਹ ਟਾਇਰ ਪ੍ਰਿੰਟ ਕਰ ਲੈਂਦੇ ਹਾਂ ਜਿਹੜੇ ਆਪਣੇ 6911 ਨੂੰ ਪਾਏ ਹੋਏ ਨੇ, ਠੀਕ ਹੈ, ਸਵਰਾਜ ਵਾਸਤੇ। ਅਤੇ ਲੁੱਕ ਦੇਖ ਲਾਂਗੇ ਕਿੱਦਾਂ ਦੀ ਲੱਗਦੀ ਹੈ ਟਰੈਕਟਰ ਦੀ, ਜੇ ਚੇਂਜ ਕਰਨੇ ਹੋਏ ਤਾਂ ਚੇਂਜ ਵੀ ਕਰ ਲਾਂਗੇ ਫਿਰ ਇਨ ਫਿਊਚਰ। ਆ ਗੇਅਰ ਪ੍ਰਿੰਟ ਹੋ ਜਾਂਦਾ, ਉਨਾ ਚਿਰ ਮੈਂ ਜੀ ਕੋਡ ਕਰ ਲੈਣਾ ਟਾਇਰ, ਅਤੇ ਟਾਇਰ ਵੀ ਪ੍ਰਿੰਟ ਕਰਨਾ ਲਾ ਦਿੰਦੇ ਹਾਂ। ਟਾਇਰ ਪ੍ਰਿੰਟ ਕਰਕੇ ਦੇਖਦਾ ਜੇ ਸਵਰਾਜ 'ਤੇ ਕੰਮ ਹੋਇਆ ਹੁਣ ਵੀਡੀਓ ਸ਼ੂਟਿੰਗ ਵਾਲਾ, ਅਤੇ ਕਰਾਂਗੇ ਆਪਾਂ। ਵੈਸੇ ਐਲਾਬਾਦ ਵੀ ਜਾਣਾ, ਥੋੜ੍ਹਾ ਸਮਾਨ ਲੈ ਕੇ ਆਉਣਾ, ਅਤੇ ਬਾਕੀ ਚਲੋ ਦੇਖਦੇ ਹਾਂ, ਜਿਵੇਂ ਵੀ ਪ੍ਰੋਗਰਾਮ ਬਣੂਗਾ ਉਵੇਂ ਕਰ ਲਾਂਗੇ। ਲਓ ਵੀ ਮੁੰਡੇ, ਉਹ ਗੇਅਰ ਹੋ ਗਿਆ ਸੀਗਾ ਪ੍ਰਿੰਟ, ਅਤੇ ਉਸ ਦੇ ਨਾਲ ਹੀ ਮੈਂ ਟਾਇਰ ਵੀ ਪ੍ਰਿੰਟ ਕਰਨਾ ਲਾਤਾ, ਵੇਖੋ 3 ਘੰਟੇ ਲੱਗਣਗੇ ਇੱਕ ਟਾਇਰ ਪ੍ਰਿੰਟ ਹੋਣ 'ਚ। ਸਾਈਜ਼ ਮੈਂ ਨੋਰਮਲ ਹੀ ਰੱਖਿਆ ਕਿਉਂਕਿ ਇਹ ਡਿਜ਼ਾਈਨ ਮੈਂ ਨਵਾਂ ਹੀ ਕੀਤਾ ਸੀ ਟਾਇਰ, ਅਤੇ ਮੈਂ ਕਿਹਾ ਚਲੋ ਇੱਕ ਵਾਰੀ ਪ੍ਰਿੰਟ ਕਰਕੇ ਦੇਖਦੇ ਹਾਂ ਫਿਨਿਸ਼ਿੰਗ ਵਗੈਰਾ ਕਿੱਦਾਂ ਦੀ ਹੈ, ਸਪੋਰਟ ਲਾ ਕੇ ਵੀ ਟਾਇਰ ਖਰਾਬ ਤਾਂ ਨਹੀਂ ਹੁੰਦਾ। ਜੇ ਵਧੀਆ ਪ੍ਰਿੰਟ ਹੋ ਗਿਆ ਅਤੇ ਫਿਰ ਆਪਾਂ ਸੇਮ ਟਾਇਰ ਵੱਡੇ ਸਾਈਜ਼ 'ਚ ਵੀ ਪ੍ਰਿੰਟ ਕਰ ਸਕਦੇ ਹਾਂ, ਇਸ ਕਰਕੇ ਇੱਕ ਵਾਰੀ ਮੈਂ ਛੋਟੇ ਸਾਈਜ਼ 'ਚ ਹੀ ਪ੍ਰਿੰਟ ਕਰਨ ਦਿਆਂ ਵਾਂ, ਵੀ ਟਾਈਮ ਵੀ ਘੱਟ ਲੱਗੇ ਅਤੇ ਪਤਾ ਵੀ ਲੱਗ ਜਾਵੇ ਆਪਾਂ ਨੂੰ ਵੀ ਟਾਇਰ ਦੀ ਕੁਆਲਿਟੀ ਕਿੱਦਾਂ ਦੀ ਹੈ, ਠੀਕ ਹੈ। ਵੈਸੇ ਜੇ ਮੈਂ ਵੱਡੇ ਸਾਈਜ਼ 'ਚ ਪ੍ਰਿੰਟ ਕਰਦਾ ਇਦੋਂ ਵੀ ਵੱਡਾ, ਅਤੇ ਉਹਦੇ 'ਚ 5 ਘੰਟੇ ਲੱਗ ਜਾਣੇ ਸੀ ਟਾਇਰ ਪ੍ਰਿੰਟ ਕਰਨ ਦੇ, ਜਿਵੇਂ ਆਪਣੇ 1100 ਨੰਬਰ ਜਿਹੜਾ ਟਾਇਰ ਹੁੰਦਾ ਰੀਅਲ ਟਰੈਕਟਰ ਨੂੰ, ਉਹ ਸਾਈਜ਼ ਦੇ ਹਿਸਾਬ ਨਾਲ ਜੇ ਮੈਂ ਟਾਇਰ ਪ੍ਰਿੰਟ ਕਰਦਾ ਆਪਣੇ ਸਵਰਾਜ ਵਾਸਤੇ ਫਿਰ 5 ਘੰਟੇ ਲੱਗਣੇ ਸੀ। ਹੁਣ ਮੈਂ ਇੱਕ ਵਾਰੀ ਨੋਰਮਲ ਸਾਈਜ਼ 'ਚ ਪ੍ਰਿੰਟ ਕਰਨ ਦਿਆਂ ਵਾਂ, ਜਿੱਦਾਂ ਦਾ ਆਪਣੇ 6911 ਨੂੰ ਟਾਇਰ ਪਾਇਆ ਹੋਇਆ ਨਾ, ਇਦੋਂ ਹੋ ਸਕਦਾ ਥੋੜ੍ਹਾ ਜਿਹਾ ਛੋਟਾ ਹੀ ਹੋਵੇ ਉਹ ਟਾਇਰ ਜਿਹੜਾ ਪ੍ਰਿੰਟ ਹੁੰਦਾ ਹੁਣ। ਬਾਕੀ ਚਲੋ ਪ੍ਰਿੰਟ ਹੋਊਗਾ ਉਹ ਤੋਂ ਬਾਅਦ ਹੀ ਐਗਜੈਕਟ ਪਤਾ ਲੱਗੂਗਾ। ਅਤੇ ਇੱਧਰਲੀ ਸਾਈਡ ਮੈਂ ਸੋਚਣ ਦਿਆ ਸੀਗਾ ਕਿ ਆ ਬੈਂਟਰੀਆਂ ਨੇ ਇਹਨਾਂ ਨੂੰ ਕਵਰ ਕਰ ਦੇਣਾ, ਕਾਫੀ ਦਿਨ ਹੋ ਗਏ ਬਣਾਈਆਂ ਨੂੰ, ਇਹਨਾਂ ਨੂੰ ਕਵਰ ਕਰਕੇ ਅਤੇ ਇੱਕ ਪਾਸੇ ਰੱਖਦੇ ਹਾਂ। ਵੈਸੇ ਤਾਂ ਇਹਦੇ ਨਾਲ ਦੇ ਹੋਰ ਵੀ ਆਪਾਂ ਡੱਬੇ ਲੈ ਕੇ ਆਉਣੇ ਨੇ ਸਮਾਨ ਪਾਉਣ ਵਾਸਤੇ, ਅੱਜ ਦੇਖਦੇ ਹਾਂ ਜੇ ਅਲਮਾ ਕਿਹੜਾ ਲੱਗਾ ਅਤੇ ਉਹ ਵੀ ਲੈ ਕੇ ਆਉਂਦੇ ਹਾਂ, ਇੱਕ ਦੋ ਹੋਰ ਚੀਜ਼ਾਂ ਲੈ ਕੇ ਆਉਣੀਆਂ ਨੇ ਉਹ ਵੀ ਲਿਆਵਾਂਗੇ। ਅਤੇ ਬਾਕੀ ਸਾਰਾ ਓਕੇ ਹੀ ਆ, ਬਸ ਆ ਖਿਲਾਰਿਆ ਜਾਂ ਸਾਂਭ ਦੇਣਾ ਮੈਂ, ਉਹ ਤੋਂ ਬਾਅਦ ਫਿਰ ਦੇਖਦੇ ਹਾਂ ਸਵਰਾਜ 'ਤੇ ਅੱਗੇ ਕੀ ਕੰਮ ਕਰਨਾ।
तो लोबी मुड़ियो इतने टायर लगभग प्रिंट हो चुका है 82% तो 18% रह गया। मैं लगता पाया भी टायर की फिनिशिंग इन्नी वधिया आनी नहीं गी, तो बाकी पूरा प्रिंट हो जाता उदों बाद ही देखते हैं कि जॉइंट वगैरह सारे सही ने, क्योंकि ना इन्हां टायरों से दिक्कत आती हुई है। पहले वाले टायर ने जोड़े उन्होंने भी आ प्रॉब्लम सी, ठीक है, आ जी इतने जॉइंट होंगे ना ये प्रोपर ढंग तरह जुड़ते नहीं गे, तो मैं दोबारे डिजाइन किए थे, पर मैं लगन दिया कि इस डिजाइन के प्रॉब्लम हैगी है। तो बाकी चलो देखते हैं, एक बार प्रिंट हो जाए उस तो बाद ही पता लगू एग्जैक्ट। तो आ इतने मार्जन भी खोल के रख्या होया, एक कद तो खोलिया वो तुम्हें मैं आके दसदा, एला मैं चलिया फिलहाल से, चल मार साल नहीं रुक जा, हज फोन चार्ज ला ला मैं। तो इतने मैं डिजाइन कर दिया अपने अर्जन वास्ते एक जुगाड़, वो तुम्हें मैं आके दसदा फिलहाल, हूँ फोन की बैटरी 10% है, फोन चार्ज ला लीए तो उस तो बाद फिर एला मैं जाके आने। गोपी तो तुर गया एलाबाद, तो मैं भी जाना सी वैसे तो, तो मैं जा नहीं लगा सी, तो मैं क्या चलो प्रिंटर देखते हैं, तो टायर अपना प्रिंट होने ही आला, बस 98% हो गया। तो फिर मैं सोचा चलो देख के चलते हैं, जे तो टायर वधिया प्रिंट हो गया तो अगला टायर भी प्रिंट करना ला देंगे, तो जे ना होया तो फिर इनू बंद करके प्रिंटर नू तो चलांगे अलाबाद, तो आके फिर करांगे इन डिजाइन च जो भी चेंज आप करने हैं ना वो फिर आके करांगे। तो लो मुंडे टायर प्रिंट हो गया सीगा, तो तुम मैं आके दिखा की बनया, ठीक है, फिलहाल पहला मैं चलते हूँ क्योंकि गोपी ने गए काफ़ी टाइम हो गया, तो जो लेट हो गए तो फिर उतों आने भी लेट हो जाएंगे आप। गोपी दूजा मोटरसाइकिल लैके गया सीगा, उन्हें मामे का एक मोटरसाइकिल इतने ही सीगा साढ़े को, मैं क्या चल तू मोटरसाइकिल लै जा क्योंकि उत्थे छड़ना ही है, तो आप लैके चले हाँ तो आने लगे फिर दोवें कट्ठे आ जाएंगे इन्दे ते ही। लो भी मुंडियो एलाबाद तो आ गए आप वापस, वैसे तो लेट ही हो गए, टाइम मौके से 8 बजने वाले आ, तो कम कुम कर रहे हैं, माड़ा मोटा समान लैके आया वा अपने सैट पास से भी, कुछ तो डब्बे लैके आया वा, तो एक तार लैके आया मैं वड्डी मोटर है ना उन्होंने दोबारे बन्ना गे, उनके बारे कुछ सोच दिया मैं, तो इस करके तार लैके आया वा। तो उस दे नाल ही आ टायर है जिहड़ा प्रिंट होया, तुहानू मैं विखाउणा वा ते की गड़बड़ हुई है इन्दे च, ठीक है, ते वेखन च ते तुसी वेख लो किदां दा लगदा पिया, ठीक है, ते लुक च ते बहुत वधिया टायर है, चारे पास वेखन च बहुत वधिया लगन दिया, पर ना इनू जी कोड करन च थोड़ी जी गड़बड़ होगी। आ वेखो इथों टायर पाट गया आ थां तों, ठीक है, इथों भी पाट गया ते अंदरली साइडों भी टायर इथों पाट गया, वेखो इधरों यानी सपोर्ट जी नहीं लथदी पई जांदी। तो वैसे टायर की शेप वधिया है, ठीक है, ट्रैक्टर नूं पाया भी सोहना लगेगा टायर। तो हुण मैं सोचन दिया सीगा कि सेम इहदे नाल दा एक टायर होर प्रिंट कर दा वा, तो आ टायर नूं आपां किसे तरीके नाल रिपेयर कर लांगे, क्योंकि आ हुण फिलामेंट इन्ना वेस्ट ते आपां कर नहीं सकते, किसे ना किसे ट्रैक्टर नूं पाउणा ते पऊगा ही ये टायर। 855 तां नहीं गा ये टायर, ठीक है, ये टायर अपना किसी होर ट्रैक्टर नूं पऊगा, 855 वास्ते आपां नूं थोड़ा वड्डा टायर प्रिंट करना पैणा क्योंकि ये टायर इहदे वास्ते छोटा है। आ वेखो, ठीक है, जिहड़े टायर इहनूं पिछले ने उनके मुकाबले च आ टायर छोटा है, 855 वास्ते आपां नूं टायर दुबारे जी कोड करना पऊगा, साइज़ भी उहदा वधाउणा पऊगा। ये तो आपां देखणा सी भी शेप बिल्कुल वधिया आई है, प्रिंट वधिया हुंदा, तो वह सारी चीज़ बिल्कुल वधिया है, ठीक है, यानी कि यह टायर पास हो चुका है। इन दे अंदर फैविक्विक पा के ना तो इहनूं इत्थों बाहरों बंद कर देंगे, तो अंदरले साइडों जिहड़ी फैविक्विक है वह इहनूं पूरा सील कर दूगी, ठीक है, इन्हें भी जुगाड़ कर लाँगे आप। दूजे पास अर्जन आप खोलिया, इनू कद तो खोलिया भी दस देना, जिहड़ा इनका बैकसाइड वाला एक्सल है ना ये आ जिहड़ा, ठीक है, इन्हें विच ना चल बहुत ज़्यादा है। वेखो जदों भी ट्रैक्टर की बैकसाइड से लोड आउंदा जे मैं एवं ट्रैक्टर खड़ा है टायरों पर, आप जदों इतने ट्राली पावांगे या जदों भी कोई वजन पाउंदे आ ये टायर ने ना जिहड़े अंदर नूं लिफ जांदे ने, तो उहदे करके जिहड़ा डिफरेंशियल है वह भी वर्क करना बंद कर देंदा, ठीक है, लोड लैंदा ट्रैक्टर, तो इनका भी हल करना मैं। तो इन्हें बच्चे इतने लाने वास्ते ना मैं डिजाइन तो कर लिया जुगाड़, वो वेखो डिजाइन होया पाया, पर वो प्रिंट नहीं किया क्योंकि प्रिंटर चलन दिया ही टायर के उत्ते भी टायर प्रिंट कर दिया, फिलामेंट चेंज कर लेने तो छेती छेती वो जी स्पोर्ट है वह प्रिंट करके तो अपना जोड़ा अर्जन है उन्होंने ठीक कर देने, टायर फिर आप सवेरे प्रिंट कर लाँगे इन्हें, ठीक है, टायर आप स्वराज के सवेरे प्रिंट करते हैं, आ टायर पास हो चुके हैं, बस आ काम अज हो गया एक।
ਤੇ ਬਾਕੀ ਇਹ ਕੁਝ ਬਾਕਸ ਵੀ ਲੈ ਕੇ ਆਇਆ, 5-6 ਬਾਕਸ ਨੇ, ਤੇ ਕਾਫੀ ਜ਼ਿਆਦਾ ਸਮਾਨ ਸੀ ਜਿਹੜਾ ਐਵੇਂ ਰੋਲਕ ਦੋਲ ਜਿਹਾ ਹੋਇਆ ਪਿਆ ਸੀਗਾ, ਉਹਨਾਂ ਨੂੰ ਅੱਡੋ ਅੱਡ ਕਰਨਾ ਹੈ। ਆ ਜਿਵੇਂ ਇੱਥੇ ਬੈਟਰੀਆਂ ਨੇ ਨਾ, ਇਹਨਾਂ 'ਚੋਂ ਜਿਹੜੀਆਂ 2 ਸੈੱਲ ਬੈਟਰੀਆਂ ਉਹ ਅੱਡ ਕਰ ਦਾਂਗਾ ਸਾਰੀਆਂ ਨਵੀਆਂ, ਪੁਰਾਣੀਆਂ ਬੈਟਰੀਆਂ ਅੱਡ ਕਰ ਦਾਂਗਾ, 12 ਵੋਲਟ ਵਾਲੀਆਂ ਬੈਟਰੀਆਂ ਅੱਡ ਕਰ ਦਾਂਗਾ। ਇੱਥੇ ਸਾਰਾ ਕੋਈ ਮਿਕਸ ਹੋਇਆ ਪਿਆ, ਫਿਰ ਪਤਾ ਨਹੀਂ ਲੱਗਦਾ ਕਿਹੜੀ ਬੈਟਰੀ ਚਾਰਜ ਹੋ ਗਈ ਹੈ, ਕਿਹੜੀ ਰਹਿੰਦੀ ਹੈ, ਤੇ ਰੋਲਕ ਦੋਲ ਜਿਹਾ ਸੀ, ਇਸ ਕਰਕੇ ਮੈਂ ਐਕਸਟਰਾ ਡੱਬੇ ਲੈ ਕੇ ਆਇਆ ਵਾਂ। ਤੇ ਆਹ ਇੱਕ ਡੱਬਾ ਜਿਵੇਂ ਇੱਥੇ ਯੂਜ਼ ਕਰ ਲਿਆ, ਤੇ ਇੱਕ ਡੱਬੇ 'ਚ ਆ ਪਾਵਰ ਬੈਂਕ ਵੀ ਬਣਾਉਣਾ, ਇਹਨੂੰ ਵੀ ਫਿੱਟ ਕਰਨਾ, ਇਹ ਵੀ ਤੁਹਾਨੂੰ ਅੱਗੇ ਮੈਂ ਵਿਖਾ ਦਾਂਗਾ ਜਦੋਂ ਤਿਆਰ ਕਰ ਲਿਆ ਪੂਰਾ। ਠੀਕ ਹੈ, ਤੇ ਆ ਬੈਟਰੀ ਮੈਂ ਚਾਰਜ ਲਾਈ ਸੀਗੀ, ਇਹ ਵੀ ਇੱਕ ਨਵਾਂ ਜਗਾੜ ਬਣਾਉਣਾ ਮੈਂ, 12 ਵੋਲਟ ਵਾਲੀਆਂ ਬੈਟਰੀਆਂ ਇਸ 'ਤੇ ਕੱਡ ਡੱਬਾ ਬਣਾਊਂਗਾ, ਉਹ ਜਦੋਂ ਬਣਾਊਂਗਾ ਉਦੋਂ ਤੁਹਾਨੂੰ ਵਿਖਾ ਦਾਂਗਾ। ਯਾਨੀ ਮੌਕੇ ਦੇ ਸੀਨ ਕੁਛ ਇੱਦਾਂ ਹੈ ਕਿ ਜ਼ਿਆਦਾ ਕੰਮ ਹੋ ਨਹੀਂ ਰਿਹਾ ਸਵਰਾਜ 'ਤੇ, ਪਰ ਨਾ ਸੈਟਅਪ 'ਚ ਨਿੱਕੇ ਨਿੱਕੇ ਅਪਗ੍ਰੇਡ ਕਰਨ ਵਾਲੇ ਨੇ, ਅਤੇ ਮੈਂ ਉਹਨਾਂ 'ਤੇ ਕੰਮ ਕਰਨ ਦਿਆਂ ਵਾਂ। ਅਤੇ ਫਰੰਟ ਐਕਸਲ ਜਿਹੜਾ, ਇਹਦਾ ਵੀ ਮੈਂ ਡਿਜ਼ਾਈਨ ਲਗਭਗ ਕਰ ਲਿਆ ਸਾਰਾ, ਹੁਣ ਕੰਮ ਹੈ ਪ੍ਰਿੰਟ ਕਰਨ ਦਾ, ਅਤੇ ਪ੍ਰਿੰਟਰ ਆਪਣਾ ਬਿਜ਼ੀ ਚੱਲਣ ਦਿਆ ਸਵੇਰ ਦਾ, ਇਸ ਕਰਕੇ ਮੈਂ ਪ੍ਰਿੰਟ ਵਾਲਾ ਕੋਈ ਕੰਮ ਕੀਤਾ ਨਹੀਂ। ਆ ਵੇਖੋ, ਇੱਥੇ ਮੈਂ ਡਿਜ਼ਾਈਨ ਕਰ ਲਿਆ ਸੀ ਫਰੰਟ ਐਕਸਲ ਦਾ, ਆ ਵੇਖੋ। ਉਸ ਦੇ ਨਾਲ ਹੀ ਜਦੋਂ ਮੈਂ ਅਰਜਨ 'ਚ ਆ ਸਮੱਸਿਆ ਵੇਖੀ, ਅਤੇ ਉਹਨੂੰ ਖੋਲ੍ਹ ਕੇ ਅਤੇ ਉਹਦੇ 'ਤੇ ਕੰਮ ਸਟਾਰਟ ਕਰਤਾ। ਆਹ ਜਿਹੜਾ ਪਾਰਟ ਹੈ ਇਹ ਅਰਜਨ ਵਾਸਤੇ ਮੈਂ ਡਿਜ਼ਾਈਨ ਕੀਤਾ ਸੀ, ਇਹਨੂੰ ਪ੍ਰਿੰਟ ਕਰਨਾ ਲਾਉਂਦੇ ਹਾਂ ਆਪਾਂ, ਪ੍ਰਿੰਟ ਕਰਕੇ ਪਹਿਲਾਂ ਅਰਜਨ ਫਿਕਸ ਕਰ ਦਿੰਦੇ ਹਾਂ, ਅਤੇ ਉਦੋਂ ਬਾਅਦ ਜਦੋਂ ਵੀ ਆਪਣਾ ਪ੍ਰਿੰਟਰ ਫ੍ਰੀ ਹੋ ਗਿਆ ਟਾਇਰ ਪ੍ਰਿੰਟ ਕਰਕੇ, ਅਤੇ ਉਸ ਤੋਂ ਬਾਅਦ ਫਿਰ ਆਪਾਂ ਪਾਰਟ ਜਿਹੜੇ ਪ੍ਰਿੰਟ ਕਰਾਂਗੇ ਆਪਣੇ ਫਰੰਟ ਐਕਸਲ ਦੇ ਜਿਹੜੇ ਡਿਜ਼ਾਈਨ ਕੀਤੇ ਨੇ। ਬਾਹਰ ਰੀਲ ਸ਼ੂਟ ਕਰਨੀ, ਠੰਡ ਬਹੁਤ ਹੈ, ਕਾਹਦੀ ਕਰੀਏ ਯਾਰ, ਮੈਨੂੰ ਤਾਂ ਆਪ ਨਹੀਂ ਸਮਝ ਆਉਂਦੀ ਕੁਛ। ਹੁਣ ਅੱਜ ਦਾ ਦਿਨ ਰਹਿਣ ਦਿੰਦੇ ਆਪਾਂ, ਅੱਜ ਦਾ ਦਿਨ ਹੋਰ ਘੱਟ ਔਖਾ ਸੁੱਕਾ ਹੋ ਗਏ, ਕੱਲ੍ਹ ਤੋਂ ਕੰਟੀਨਿਊ ਕਰਾਂਗੇ। ਹਾਂ ਲੋ ਮੁੰਡਿਓ, ਅੱਜ ਦਾ ਦਿਨ ਹੋਰ ਆਪਾਂ ਐਵੇਂ ਸਾਰਦੇ ਹਾਂ, ਕੋਈ ਕੰਮ ਅੰਦਰ ਬਥੇਰਾ ਕਰਨ ਵਾਲਾ, ਇਹ ਕਰ ਲਈਏ, ਕੱਲ੍ਹ ਤੋਂ ਫਿਰ ਬਾਹਰ ਵੀਡੀਓ ਵੀ ਸ਼ੂਟ ਕਰਦੇ ਹਾਂ, ਨਾਲੇ ਰੀਲਾਂ ਵੀ ਸ਼ੂਟ ਕਰਾਂਗੇ। ਠੀਕ ਹੈ, ਪਿਛਲੇ 3-4 ਦਿਨਾਂ ਤੋਂ ਮੈਨੂੰ ਲੱਗਦਾ ਬਾਹਰਲੇ ਸੈਟਅਪ 'ਚ ਆਪਾਂ ਬਿਲਕੁਲ ਹੀ ਨਹੀਂ ਸ਼ੂਟ ਕੀਤਾ ਵੀਡੀਓ ਕੁਛ ਵੀ। ਆਹ ਵੀ ਇੱਕ ਤਾਰ ਲੈ ਕੇ ਆਉਣੀ ਸੀਗੀ, ਇਹ ਵੀ ਚੇਤਾ ਹੀ ਨਹੀਂ ਰਿਹਾ, ਆਹ ਤਾਰ ਖਰਾਬ ਹੈ, ਇੱਥੋਂ ਹਿੱਲ ਜਾਂਦੀ ਹੈ, ਇੱਧਰ ਐਂ ਤਾਂ ਚੱਕਦੇ ਹਾਂ, ਸਾਰੀ ਠੀਕ ਹੋ ਗਿਆ, ਛੱਡਦੇ ਹਾਂ ਸਾਰੀ, ਧੁੰਦਲਾਇਆ ਹੋ ਜਾਂਦਾ। ਬਾਕੀ ਚਲੋ ਕੋਈ ਚੱਕਰ ਨਹੀਂ, ਅਤੇ ਪ੍ਰਿੰਟਰ ਚਲਾਉਂਦਾ ਮੈਂ, ਅਤੇ ਅਰਜਨ ਠੀਕ ਕਰਕੇ, ਅਤੇ ਉਸ ਤੋਂ ਬਾਅਦ ਫਿਰ ਦੇਖਦੇ ਹਾਂ। ਲਓ ਵੀ ਮੁੰਡਿਓ, ਅਰਜਨ ਆਪਣਾ ਰਿਪੇਅਰ ਹੋ ਗਿਆ ਸੀਗਾ, ਦੇਖ ਲਓ ਮੌਕੇ 'ਤੇ ਬਿਲਕੁਲ ਓਕੇ ਦੀ ਕੰਡੀਸ਼ਨ 'ਚ ਖੜ੍ਹਾ ਤੁਹਾਡੇ ਸਾਹਮਣੇ। ਠੀਕ ਹੈ, ਆ ਵੇਖੋ ਹੁਣ ਮੈਂ ਇਹਦੇ ਤੋਂ ਲੋਡ ਪਾਉਣ ਦੇਣਾ, ਅਤੇ ਬਿਲਕੁਲ ਹੀ ਟਾਇਰ ਲਿਫਟ ਦੇਣੀ ਪਏ, ਨਹੀਂ ਤਾਂ ਪਹਿਲਾਂ ਨਾ ਵਿੱਚ ਨੂੰ ਬੈਂਡ ਹੋ ਜਾਂਦੇ ਸੀਗੇ। ਹੁਣ ਆਪਾਂ ਇਹਦੇ ਵਿੱਚ ਕੀ ਚੀਜ਼ ਐਡ ਕੀਤੀ ਉਹ ਤੁਹਾਨੂੰ ਮੈਂ ਵਿਖਾ ਦੇਣਾ। ਅਤੇ ਆ ਇੱਥੇ ਵੇਖੋ, ਦੋਵਾਂ ਪਾਸੇ ਪਲਾਸਟਿਕ ਦੇ ਟੁਕੜੇ ਲਾਏ ਨੇ ਮੈਂ ਹੋਰ, ਠੀਕ ਹੈ, ਪ੍ਰਿੰਟ ਕਰਕੇ, ਕਿਉਂਕਿ ਪਹਿਲਾਂ ਨਾ ਇਹਦਾ ਐਡਾ ਕੋਈ ਹਿੱਸਾ ਸੀ ਬਸ ਇੰਨਾ, ਠੀਕ ਹੈ, ਹੁਣ ਜਿਹੜਾ ਇਹਦਾ ਹਿੱਸਾ ਇੰਨਾ ਚੌੜਾ ਹੋ ਗਿਆ, ਅਤੇ ਹੁਣ ਇਹ ਕਾਫੀ ਲੋਡ ਜਿਹੜਾ ਆਰਾਮ ਨਾਲ ਚੱਕ ਲੂਗਾ, ਅਤੇ ਜਿਹੜਾ ਇਹਦਾ ਡਿਫਰੈਂਸ਼ਲ ਆ ਉਹ ਵੀ ਹੁਣ ਬਿਲਕੁਲ ਵਧੀਆ ਵਰਕ ਕਰਦਾ ਪਿਆ। ਪਹਿਲਾਂ ਜਦੋਂ ਵਜਨ ਆਉਂਦਾ ਸੀ ਨਾ, ਦੋਵੇਂ ਐਕਸਲ ਬੈਂਡ ਹੋ ਜਾਂਦੇ ਸੀ, ਅਤੇ ਇਹਦਾ ਡਿਫਰੈਂਸ਼ਲ ਬਹੁਤ ਜ਼ਿਆਦਾ ਟਾਈਟ ਸੀਗਾ, ਠੀਕ ਹੈ, ਪਰ ਹੁਣ ਬਿਲਕੁਲ ਓਕੇ ਦੀ ਰਿਪੋਰਟ ਹੈ, ਜਮਾਂ ਓਕੇ ਐਡਰੇਟਰ ਆਪਣਾ। ਪਰ ਅੱਜ ਹੁਣ ਚਲਾਉਣਾ ਨਹੀਂ ਆਪਾਂ, ਕਿਉਂਕਿ ਗੋਪੀ ਵੀ ਸੌਂ ਗਿਆ, ਅਤੇ ਟੋਚਨ ਦਾ ਪ੍ਰੋਗਰਾਮ ਵੀ ਅੱਜ ਹੈ ਨਹੀਂ ਸੀਗਾ, ਕੱਲ੍ਹ ਦੇਖਦੇ ਹਾਂ, ਕੱਲ੍ਹ ਵੀਡੀਓ ਸ਼ੂਟ ਕਰਦੇ ਹਾਂ ਆਪਾਂ, ਜਾਂ ਤਾਂ ਅਰਜਨ ਨਾਲ ਕਰਾਂਗੇ ਜਾਂ ਨਿਊਹੋਲੈਂਡ ਨਾਲ, ਠੀਕ ਹੈ, ਅਤੇ ਦੇਖਦੇ ਹਾਂ, ਸਵੇਰੇ ਪਤਾ ਲੱਗੂ ਇਹ 'ਤੇ ਹੁਣ। ਅਤੇ ਉਸ ਤੋਂ ਇਲਾਵਾ ਆ ਮੈਂ ਤਾਰ ਲੈ ਕੇ ਆਇਆ ਸੀਗਾ, ਅਤੇ ਆ ਵੇਖੋ ਆਹ ਕੋਪਰ ਦੀ ਵਾਇਰ ਹੈ 25 ਨੰਬਰ, ਠੀਕ ਹੈ, 25 ਨੰਬਰ ਵਾਇਰ ਲੈ ਕੇ ਆਇਆ ਸੀ ਮੈਂ, ਅਤੇ ਆਹ ਮੋਟਰ ਆਪਾਂ ਦੁਬਾਰੇ ਬੰਨਾਂਗੇ, ਇਹ ਪਹਿਲਾਂ ਵੀ ਬੰਨੀ ਹੋਈ ਹੈ ਵੈਸੇ ਮੈਂ, ਅਤੇ ਪਾਵਰ ਤਾਂ ਬਹੁਤ ਹੈ ਪਰ ਨਾ ਇਹ ਹੀਟ ਬਹੁਤ ਜਲਦੀ ਹੋ ਜਾਂਦੀ ਹੈ, ਅਤੇ ਬੈਟਰੀ ਵੀ ਬਹੁਤ ਛੇਤੀ ਖਿੱਚਦੀ ਹੈ, ਯਾਨੀ ਕਿ ਉਦੋਂ ਸਹੀ ਵੱਜੀ ਨਹੀਂ ਸੀ ਮੋਟਰ, ਇਹਦੇ 'ਚ ਜਿਹੜੀ ਤਾਰ ਸੀ ਉਹ ਮੈਂ ਜ਼ਿਆਦਾ ਮੋਟੀ ਯੂਜ਼ ਕਰਤੀ ਸੀਗੀ, ਪਰ ਹੁਣ ਜਿਹੜੀ ਇਹਦੇ ਵਾਸਤੇ ਬਿਲਕੁਲ ਸਹੀ ਤਾਰ ਲੈ ਕੇ ਆਇਆ ਮੈਂ, ਅਤੇ ਕੱਲ੍ਹ ਦੇਖਦੇ ਹਾਂ ਆਪਾਂ ਟਾਈਮ ਕੱਢ ਕੇ ਇਹਨੂੰ ਬੰਨ ਕੇ ਵੇਖਾਂਗੇ ਮੋਟਰ ਦੀ ਪਾਵਰ ਕਿੰਨੀ ਕੁ ਵੱਧਦੀ ਹੈ, ਫਿਰ ਆਉਣ ਵਾਲੇ ਟਾਈਮ 'ਚ 1-2 ਪ੍ਰੋਜੈਕਟ ਨੇ ਮੇਰੇ ਦਿਮਾਗ 'ਚ, ਉਹਦੇ ਵਾਸਤੇ ਆਪਾਂ ਨੂੰ ਆਹ ਮੋਟਰਾਂ ਚਾਹੀਦੀਆਂ ਨੇ। ਅਤੇ ਹੋਰ ਵੀ ਮੈਂ ਕਾਫੀ ਕੰਮ ਕੀਤਾ, ਇੱਕ ਤਾਂ ਆਹ ਡੱਬਾ ਤਿਆਰ ਕੀਤਾ, ਆਹ ਵੇਖੋ, ਠੀਕ ਹੈ, ਇਹਦੇ ਵਿੱਚ ਮੌਕੇ 'ਤੇ 3 ਬੈਟਰੀਆਂ ਚਾਰਜ ਲੱਗੀਆਂ ਹੋਈਆਂ ਨੇ, ਆ ਇੱਥੇ ਕਨੈਕਸ਼ਨ ਕੀਤੇ ਹੋਏ ਨੇ, ਠੀਕ ਹੈ, ਅਤੇ ਆ ਇੱਥੇ 3 ਚਾਰਜਰ ਲੱਗੇ ਹੋਏ ਨੇ, ਅਤੇ ਇਹਨੂੰ ਮੈਂ ਡੱਬੇ 'ਚ ਇਸ ਕਰਕੇ ਰੱਖਿਆ ਕਿਉਂਕਿ ਜਦੋਂ ਇੱਥੇ ਚਾਰਜ ਲਾਈ ਦੀਆਂ ਸੀ ਨਾ ਬੈਟਰੀਆਂ, ਕੋਈ ਇੱਥੇ ਡਿੱਗੀ ਹੁੰਦੀ ਸੀ, ਕੋਈ ਕਿਤੇ, ਇਸ ਕਰਕੇ ਆ ਡੱਬਾ ਬਣਾਤਾ ਮੈਂ, ਇਹਦੇ ਵਿੱਚ ਬੈਟਰੀਆਂ ਚਾਰਜ ਲੱਗੀਆਂ ਹੋਈਆਂ, ਡੱਬਾ ਜਿੱਥੇ ਮਰਜ਼ੀ ਰੱਖ ਲਓ, ਠੀਕ ਹੈ। ਆਉਣ ਵਾਲੇ ਟਾਈਮ 'ਚ ਮੇਰਾ ਪਲਾਨ ਹੈ ਕਿ ਇਹਦੇ ਨਾਲ ਦਾ ਇੱਕ ਬੋਰਡ ਨਾਲ ਉਤਲੀ ਸਾਈਡ ਵੀ ਲਾਉਂਦੇ ਹਾਂ, ਜਿੱਥੇ ਆਪਾਂ ਸਾਰੀਆਂ ਬੈਟਰੀਆਂ ਚਾਰਜ ਲਾਵਾਂ ਕਰਾਂਗੇ। ਇੱਧਰਲੀ ਸਾਈਡ ਮੈਂ ਇੱਕ ਹੋਰ ਕੰਮ ਕੀਤਾ, 2 ਡੱਬੇ ਅੱਡੋ ਅੱਡ ਕਰਤੇ ਨੇ, ਆਹ ਡੱਬੇ ਦੇ ਵਿੱਚ ਆਪਣੀ 2 ਸੈੱਲ ਬੈਟਰੀਆਂ ਹੋਣਗੀਆਂ ਸਾਰੀਆਂ, ਅਤੇ ਆਹ ਡੱਬੇ ਦੇ ਵਿੱਚ ਆਪਣੀਆਂ 12 ਵੋਲਟ ਵਾਲੀਆਂ, ਠੀਕ ਹੈ। ਉਸ ਤੋਂ ਇਲਾਵਾ ਅੱਜ ਦੇ ਵਲੋਗ 'ਚ ਵੀ ਕੋਈ ਜ਼ਿਆਦਾ ਖਾਸ ਕੰਮ ਆਪਾਂ ਕੀਤਾ ਨਹੀਂ ਗਾ, ਨਾ ਹੀ ਸਵਰਾਜ 'ਤੇ ਕੋਈ ਕੰਮ ਹੋਇਆ, ਅਤੇ ਨਾ ਹੀ 4x4 ਵਾਲੇ ਐਕਸਲ 'ਤੇ ਕੋਈ ਕੰਮ ਹੋਇਆ, ਅਤੇ ਵੀਡੀਓ ਸ਼ੂਟ ਦਾ ਪਲਾਨ ਵੀ ਸੀਗਾ ਉਹ ਵੀ ਸਾਰਾ ਵਿੱਚ ਹੀ ਰਹਿ ਗਿਆ, ਅਤੇ ਬਾਕੀ ਚਲੋ ਦੇਖਦੇ ਹਾਂ, ਦੂਜੇ ਕੰਮ ਵੀ ਜ਼ਰੂਰੀ ਸੀਗੇ ਕਰਨੇ। ਅਤੇ ਅੱਜ ਦਾ ਵਲੋਗ ਆਪਣਾ ਇੱਥੋਂ ਤੱਕ ਸੀਗਾ, ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਸਾਰੇ ਵੀਰਾਂ ਦਾ, ਅਤੇ ਜਿਹੜੇ ਵੀਰ ਚੈਨਲ 'ਤੇ ਨਵੇਂ ਨੇ ਸਬਸਕ੍ਰਾਈਬ ਕਰ ਲਿਓ, ਮਿਲਦੇ ਹਾਂ ਸਵੇਰੇ ਨਵੇਂ ਵਲੋਗ 'ਚ, ਅਤੇ ਲਾਈਕ
ओके बाय टाटा।